ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਮੇਸ਼ ਸ਼ਰਮਾ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਥਿਸ ਇਜ਼ ਸੋਨਮ ਬਾਜਵਾ ਥਿਸ ਇਜ਼ ਗੁਰਿੰਦਾਵਾਦ ਸਬਸਕ੍ਰਾਈਬ ਕਰੋ ਜੀ ਪਿਟਾਰਾ 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 ਦਾ ਅਫੀਸ਼ੀਅਲ YouTube ਚੈਨਲ ਰਾਈਟ ਨਾਓ। देखो जी प्लाजो 2 स्पेशल थोड़े लिए सी। अच्छा उस तो बढ़िया गिफ्ट की हो सकता है आप देखो। डन मैं एक्सेप्ट कर लिया पर तुसी आज प्लाजो पा के नहीं आए। ओ क्योंकि कुकिंग करनी सी ना। ये भी गलत ठीक है कैमरा जकड़ा दिसना वैसे भी। हां तुसी कुकिंग वगैरह कर लेने कुछ बढ़िया बना लेने या बाहर मंगा मंगा के खा के बस काम चलाया। मैं तो गाने ही बनाना होता है कुकिंग वाला काम मैं कभी कीता नहीं तो आज पहली बार देखते हैं की बनता। चलो कोई नहीं आज असि रल मिल के बनावांगे। पकड़ किसी ने दसना भी स्वाद नहीं बनया। नहीं असि आज बनाना है रल मिल के। हां जी पनीर काठी रोल। पनीर पनीर तो मैं खाता ही नहीं। कोई नहीं टोफू। पक्का टोफू है। हाँ टोफू इज ओके। टोफू इज ओके। मैं सारे नु दस दिया कि मैं पिछले 2.5-3 साल तो वीगन डाइट पे हां। बिल्कुल नो डेयरी नो एनिमल प्रोडक्ट्स सो वी डोंट हैव एनी डेयरी। पर तुम्हारी सुना दी नॉलेज तो सानू सारे नु पता है। हुन किचन दी नॉलेज देखिए ओके वाले इंग्रेडिएंट पूछांगी ते तुसी दसने आ ठीक है। सब तो पहला मेनू ए दसो आधा रोटियां नहीं ये तो मैंने पता है। ते ए की है ए बेल पेपर्स। ओहो यस ओके। अच्छा लास्ट ए की है ए कोई पेस्ट लगदा मेनू हां 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 जिंजर पेस्ट। यस जिंजर गार्लिक पेस्ट। ओह यस जिंजर गार्लिक पेस्ट यस। अच्छा हुन मैं जल्दी-जल्दी सारे इंग्रेडिएंट्स दस देनी हां। हां जी ए है जी क्यूमिन सीड यानी कि जीरा। ओके एंड ए तां तुसीं दस ही दित्ता है। असी चॉप करके अनियन भी रख लिया साडे कोल एंड असी चॉप करके टमेटोज भी यानी टमाटर भी रख लिया है। ए भी तुसी दसदा सही आंसर। ए मैश्ड पनीर भी रख लिया सी लाल पीलियां शिमला मिर्चा हरियां ते हरियां सारियां हां ते नाल टर्मरिक यानी कि टर्मरिक नु की कहंदे आ हल्दी हल्दी ते ए ए मेरे ड्रेस नाल भी जा रहा है। ए की है लाल मिर्चा ये काटी रखे मैं मिर्चा काटी खाना। चलो ठीक है ते असी नाल लच्छा प्याज भी रखे है ते असी ए की है। अच्छा ये लच्छा होंदे है ये कड़े होंदे है फिर ये चॉप्ड है ये लच्छा है ਇਹ ਫਰਕ ਹੁੰਦਾ ਨਾ ਕੋਈ ਬਿਲਕੁਲ ਉਹ ਜਦੋਂ ਅਸੀਂ ਬਣਾਵਾਂਗੇ ਨਾ ਪਤਾ ਲੱਗ ਜਾਏਗਾ। ਬਾਤ ਹੈ ਮੇਰੇ ਕੋਲ ਤਾਂ ਪਿਆਜ ਪਿਆਜ ਹੀ ਹੁੰਦੇ ਆ ਤਾਂ ਅੱਜ ਪਤਾ ਲੱਗਿਆ। ਇਹ ਕੀ ਹੈ ਇਹ ਤਾਂ ਕਕੰਬਰ ਸਲਾਈਸਸ ਨੇ। ਓ ਯੈਸ ਇਹ ਹੈ ਜੀ ਖੀਰਾ ਸਾਡੇ ਕੋਲ ਐਂਡ ਮੇਰਾ ਫੇਵਰਿਟ ਸਭ ਤੋਂ ਸਵਾਦ ਹਰੀ ਚਟਨੀ। ਅੱਛਾ ਇਹ ਐਵੋਕਾਡੋ ਪੇਸਟ ਲੱਗ ਰਿਹਾ ਸੀ। ਹਾਂ ਪਰ ਇਹ ਹਰੀ ਚਟਨੀ ਹੈ ਜੋ ਇਹਦਾ ਲੱਗ ਰਿਹਾ ਤੇ ਨਾਲ ਅਸੀਂ ਸੀਜ਼ਨਿੰਗ ਲਈ ਵੀ ਰੱਖੀ ਹੈ ਸਾਡੇ ਕੋਲ ਹੈ ਜੀ ਚਿਲੀ ਫਲੇਕਸ। ਓਕੇ ਨਾਲ ਹੈ ਜੀ ਓਰੀਗਾਨੋ ਵਾਓ ਐਂਡ ਬਲੈਕ ਪੈਪਰ ਯਾਨੀ ਕਾਲੀ ਮਿਰਚ ਐਂਡ ਨਮਕ ਨਮਕ। ਅੱਛਾ ਹੁਣ ਇਨਗਰੀਡੀਐਂਟਸ ਤਾਂ ਅਸੀਂ ਸਾਰੇ ਅੰਦਾਜ਼ਤੇ ਬਟ ਖਾਣਾ ਬਣਾਉਣ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਕੰਮ ਹੈਂਡ ਵਾਸ਼। ਚਲੋ ਫਿਰ ਹੱਥ ਧੋਈਏ। ਹਾਂਜੀ ਤੁਸੀਂ ਕਰਿਓ ਮੈਂ ਤਾਂ ਸੈਨੀਟਾਈਜ਼ ਹੋ ਕੇ ਆਇਆ ਸੀ। ਸੋ ਸਭ ਤੋਂ ਪਹਿਲਾਂ ਕੋਈ ਵੀ ਕੰਮ ਸਟਾਰਟ ਕਰਨ ਤੋਂ ਪਹਿਲਾਂ ਹੈਂਡ ਵਾਸ਼ ਕਰਨੇ ਬਹੁਤ ਜ਼ਰੂਰੀ ਹੈ। ਮੈਂ ਖਾਣਾ ਬਣਾਉਂਗੀ ਪਰ ਪਹਿਲਾਂ ਹੈਂਡ ਵਾਸ਼ ਹੋਗੇ ਐਂਡ ਮੇਰੇ ਕੋਲ ਹੈ ਪਿਆਮਾ ਹੈਂਡ ਵਾਸ਼ ਜਿਹਦੇ ਨਾਲ ਮੈਂ ਆਪਣੇ ਹੈਂਡ ਬਿਲਕੁਲ ਨਾਈਸ ਐਂਡ ਕਲੀਨ ਕਰ ਲੈਣੇ ਆ। ਐਂਡ ਵੈਸੇ ਵੀ ਕਹਿੰਦੇ ਆ ਜਦੋਂ ਵੀ ਤੁਸੀਂ ਕੋਈ ਕੰਮ ਸ਼ੁਰੂ ਕਰਨਾ ਉਸ ਤੋਂ ਪਹਿਲਾਂ ਨਾ ਇਹ ਹੱਥ ਧੋ ਲੈਣੇ ਚਾਹੀਦੇ ਆ ਤੇ ਅੱਜ ਕੱਲ੍ਹ ਤਾਂ ਸੈਨੀਟਾਈਜੇਸ਼ਨ ਵੀ ਬਹੁਤ ਜ਼ਰੂਰੀ ਹੈ। ਸੋ ਹੱਥ ਪ੍ਰੋਪਰਲੀ ਕਲੀਨ ਕਰਕੇ ਲਓ ਜੀ ਹੱਥ ਹੋ ਗਿਆ ਮੇਰੇ ਬਿਲਕੁਲ ਵਾਸ਼ ਐਂਡ ਇੱਕ ਗੱਲ ਤਾਂ ਕਹਿਣੀ ਪਏਗੀ ਫਿਆਮਾ ਹੈਂਡ ਵਾਸ਼ ਸਮੈਲਸ ਰੀਅਲੀ ਫਰੈਸ਼ ਤੇ ਹੁਣ ਮੇਰੇ ਹੱਥ ਇੱਕਦਮ ਸੌਫਟ ਐਂਡ ਕਲੀਨ ਹੋ ਗਏ ਆ ਤੇ ਹੁਣ ਖਾਣਾ ਬਣਾਉਂਦੇ ਹਾਂ ਇਨ ਖਾਣਾ ਤੇ ਗਾਣਾ। ਆ ਜੋ ਮੈਡਮ ਆ ਜੋ ਇਨਗਰੀਡੀਐਂਟਸ ਦੇਖ ਕੇ ਮੇਰੀ ਭੁੱਖ ਵਧ ਜਾ ਰਹੀ ਹੈ। ਅੱਛਾ ਵੈਸੇ ਮੈਨੂੰ ਗੱਲ ਦੱਸੋ ਜਦੋਂ ਲਾਈਫ ਨਾ ਲਾਈਫ ਦੇ ਵਿੱਚ ਇੰਨੀਆਂ ਸਿਚੁਏਸ਼ਨਸ ਹੁੰਦੀਆਂ ਤੇ ਮੈਂ ਅੱਜ ਸੋਚਿਆ ਕਿ ਕੁਕਿੰਗ ਦੇ ਨਾਲ ਨਾਲ ਮੈਂ ਤੁਹਾਨੂੰ ਸਿਚੁਏਸ਼ਨਸ ਦੱਸਾਂਗੀ ਤੇ ਤੁਸੀਂ ਮੈਨੂੰ ਦੱਸਣਾ ਕਿ ਇਸ ਪਾਰਟਿਕੂਲਰ ਸਿਚੁਏਸ਼ਨ ਤੇ ਤੁਹਾਡਾ ਕਿਹੜਾ ਗਾਣਾ ਬਿਲਕੁਲ ਫਿੱਟ ਬੰਦਾ। ਠੀਕ ਹੈ ਅੱਛਾ ਆਉਣ ਦਿਓ। ਅੱਛਾ ਤਾਂ ਪਹਿਲੀ ਸਿਚੁਏਸ਼ਨ ਇਹ ਹੈ ਕਿ ਹੁਣ ਕੁੜੀ ਆਪਣੇ ਬੋਏਫ੍ਰੈਂਡ ਨਾਲ ਘੁੰਮਣ ਨੂੰ ਮਨਾ ਕਰਦੀ ਰਹਿੰਦੀ ਹੈ ਪਰ ਕੁੱਤਾ ਜ਼ਰੂਰ ਘੁਮਾਉਂਦੀ ਹੈ। ਪੈਟ ਲਵ
ਅੱਜ ਪੀ ਕੇ ਬਲੈਕ ਡੌਗ ਸੋਹਣੀਏ ਨੀ ਤੇਰਾ ਏ ਬਲੈਕ ਡੌਗ ਚੱਕਣਾ ਉਹ ਨਾਲ ਤੇਰੇ ਪੈਂਦਾ ਹੈ ਨੀ ਨਾਲ ਤੇਰੇ ਖਾਂਦਾ ਹੈ ਉਹ ਤੇਰੇ ਘਰੋਂ ਪੈਣਾ ਸਾਲਾ ਡੱਕਣਾ ਉਹ ਮੂੰਹ ਨਾ ਕੋਈ ਮੱਥਾ ਜੀ ਨੂੰ ਕਹਿਣੀ ਆ ਤੂੰ ਪੱਗ ਸਿੱਟੂ ਪਰਨੇ ਚ ਪਾ ਕੇ ਸਾਲਾ ਵਾਰਨੀ ਹੀਰਿਆਂ ਜੇ ਜੱਟ ਦੀ ਤੂੰ ਕਦਰ ਨਾ ਪਾਵੇਂ ਫਿਰ ਕੁੱਤਿਆਂ ਨੂੰ ਕਰਦੀ ਪਿਆਰ ਨੀ ਅੱਛਾ ਸੈਕਿੰਡ ਸਿਚੁਏਸ਼ਨ ਹੈ ਨਾ ਹੁਣ ਕੁੜੀ ਨੇ ਆਪਣੇ ਬੋਏਫ੍ਰੈਂਡ ਨੂੰ ਕਿਸੇ ਹੋਰ ਦੇ ਨਾਲ ਚੈਟ ਕਰਦੇ ਫੜ ਲਿਆ ਇਹ ਸਿਚੁਏਸ਼ਨ ਤੇ ਕੀ ਗਾਣਾ ਬਣੂਗਾ ਫੜੇਗੀ ਮਤਲਬ ਉਹ ਤੇਰੀ ਮੇਰੀ ਟੁੱਟ ਜੂ ਕਰ ਤੂੰ ਤਾਂ ਕਰਦਾ ਕਾਲੀਆਂ ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ ਉਹ ਤੇਰੀ ਮੇਰੀ ਟੁੱਟ ਜੂ ਇਹ ਤਾਂ ਗੱਲ ਹੈ ਕਦਰ ਪਾਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਅੱਛਾ ਥਰਡ ਸਿਚੁਏਸ਼ਨ ਇਹ ਹੈ ਕਿ ਰਿਲੇਸ਼ਨਸ਼ਿਪ ਨੂੰ ਨਾ 5-7 ਸਾਲ ਹੋ ਗਏ ਆ ਪੁਰਾਣਾ ਹੋ ਗਿਆ ਪਰ ਹੁਣ ਨਾ ਵਿਆਹ ਦੀ ਗੱਲ ਨਹੀਂ ਹਲੇ ਤੱਕ ਕੀਤੀ ਅੱਛਾ ਇਹ ਤੇ ਵਿਆਹ ਨਹੀਂ ਹੋਇਆ ਤੇ ਇਹਦੇ ਤੇ ਯੈਸ ਓ ਕਰ ਮੇਰੀ ਫੈਮਿਲੀ ਨਾ ਡੀਲ ਸੋਹਣਿਆ ਕਿ ਚਟਣੀ ਆਏ ਨੀ ਦਲੇਰੀ ਮੈਮ ਪ੍ਰੋਗਰਾਮ ਦਾ ਨਾਮ ਹੈਗਾ ਖਾਣਾ ਤੇ ਗਾਣਾ ਹੈ ਤੁਸੀਂ ਗਾਣੇ ਸੁਣੀ ਜਾਂਦੇ ਕੁਝ ਖਵਾਓ ਵੀ ਅੱਛਾ ਹੁਣ ਅਸੀਂ ਸਟਾਰਟ ਕਰਦੇ ਹਾਂ ਤੇ ਤੁਸੀਂ ਮੈਨੂੰ ਹੈਲਪ ਕਰਨੀ ਹੈ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਓਕੇ ਸਭ ਤੋਂ ਪਹਿਲਾਂ ਅਸੀਂ ਆਇਲ ਪਾਣਾ ਐਂਡ ਕਿਉਂਕਿ ਸ਼ਿਵਜੋਤ ਨੇ ਮੈਨੂੰ ਕਿਹਾ ਹੈ ਕਿ ਹੈਲਦੀ ਈਟਿੰਗ ਕਰ ਰਿਹਾ ਅੱਜ ਕੱਲ੍ਹ ਆਇਲ ਅਸੀਂ ਘੱਟ ਪਾਵਾਂਗੇ ਤੇ ਨਾਲ ਹੁਣ ਸ਼ਿਵਜੋਤ ਨੇ ਮੈਨੂੰ ਹੈਲਪ ਕਰਨੀ ਹੈ ਇਨਗਰੀਡੀਐਂਟਸ ਦੇ ਵਿੱਚ ਜੀ ਦੱਸੋ ਕੀ ਚਾਹੀਦਾ ਕੀ ਪਾਈਏ ਦੱਸੋ ਮੈਂ ਪਾਣੀ ਤਾਂ ਸਾਰਾ ਕੁਝ ਇਕੱਠੇ ਹੀ ਪਾ ਦਿਓ ਮੈਨੂੰ ਤਾਂ ਪਤਾ ਹੀ ਨਹੀਂ ਟੈਸਟ ਹੈ ਟੈਸਟ ਹੈ ਇੱਕ ਮਿੰਟ ਫਿਰ ਪਿਆਜ਼ ਪਾਉਣੇ ਆਪਾਂ ਹੁਣ ਇਹ ਨਹੀਂ ਪਤਾ ਵੀ ਇਹ ਲੱਛੇ ਪਰੌਂਠੇ ਵਾਲੇ ਪਾਉਣੇ ਕਿ ਸਿੱਧੇ ਪਾਉਣੇ ਸਭ ਤੋਂ ਪਹਿਲਾਂ ਅਸੀਂ ਜੀਰਾ ਪਾਣਾ ਹੈ ਅੱਛਾ ਜੀਰਾ ਕਿੰਨਾ ਕੁ ਪਾਈਏ ਇਹਨਾਂ ਬਹੁਤ ਜੇ ਤੁਸੀਂ ਮੇਰੇ ਅਕੋਰਡਿੰਗਲੀ ਚੱਲੇ ਫਿਰ ਤਾਂ ਜਮਾਂ ਹੀ ਗਰੰਟੀ ਵੀ ਵਧੀਆ ਬਣੂ ਕਿ ਕੁਛ ਨਾ ਜਮਾਂ ਗਰੰਟੀ ਅੱਛਾ ਠੀਕ ਹੈ ਅਸੀਂ ਥੋੜ੍ਹਾ ਜਿਹਾ ਹੀ ਪਾਉਣਾ ਹੈ ਯੈਸ ਠੀਕ ਹੈ ਐਂਡ ਪਹਿਲਾਂ ਅਸੀਂ ਇਹਨੂੰ ਥੋੜ੍ਹਾ ਜਿਹਾ ਰੋਸਟ ਕਰ ਲਈਏ ਹਾਂਜੀ ਅੱਛਾ ਹੁਣ ਨੈਕਸਟ ਕੀ ਪਾਉਣਾ ਥੋੜ੍ਹੀ ਫ੍ਰੈਗਰੈਂਸ ਜੀ ਆਉਣ ਦੋ ਫਿਰ ਆਪਾਂ ਨੈਕਸਟ ਮੂਵ ਕਰਦੇ ਟੈਸਟ ਲੈ ਰਹੀ ਹਾਂ ਮੈਂ ਤੁਹਾਡਾ ਅੱਛਾ ਟੈਸਟ ਹੋ ਰਿਹਾ ਮੇਰਾ ਹਾਂਜੀ ਹੁਣ ਤਾਂ ਪਿਆਜ਼ ਬਣਦੇ ਆ ਹਾਂ ਹੁਣ ਬਿਲਕੁਲ ਪਿਆਜ਼ ਬਣਦੇ ਆ ਕਿਹੜੇ ਵਾਲੇ ਇਹ ਵਾਲੇ ਯੈਸ ਛੋਟੇ ਕੱਟੇ ਹੋਏ ਅਸੀਂ ਜਿਹੜੇ ਚੌਪ ਕਰਕੇ ਰੱਖਿਆ ਕਿੰਨੇ ਕੁ ਪਾਈਏ ਇਹ ਵੀ ਮੈਨੂੰ ਪੁੱਛਣਾ ਤੁਸੀਂ ਐਵੇਂ ਕਰੋ ਪਾਈ ਚੱਲੋ ਪਾਈ ਚੱਲੋ ਅਜੇ ਵੈਸੇ ਸ਼ਿਵਜੋਤ ਤੁਸੀਂ ਮੈਨੂੰ ਦੱਸਿਆ ਸੀ ਕਿ ਤੁਸੀਂ ਵੀਗਨ ਕਨਵਰਟ ਹੋ ਗਏ ਹੋ ਰਾਈਟ ਹਾਂਜੀ ਹਾਂਜੀ ਤੇ ਇਹ ਹੈਲਦੀ ਲਾਈਫਸਟਾਈਲ ਕਿੱਦਾਂ ਆਇਆ ਦਿਮਾਗ 'ਚ ਕਿ ਇਹੀ ਕਰਨਾ ਮੈਂ ਗਲਤੀ ਨਾਲ ਕਿਤੇ ਪੜ੍ਹ ਲਿਆ ਰਿਸਰਚ ਜੀ ਕਰ ਲਈ ਵੀ ਕੀ ਹੁੰਦਾ ਵੀਗਨ ਤੇ ਆਪਾਂ ਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਉਹ ਰਿਸਰਚ ਕਾਫੀ ਡੂੰਘੇ ਉਤਰ ਗਏ ਉਸੇ ਨਹੀਂ ਮੋਟੀਵੇਟ ਕਰਤਾ ਫਿਰ ਮੈਂ ਸੋਚਿਆ ਚਲੋ 20 ਜਾਂ 21 ਦਿਨ ਟਰਾਈ ਕਰਕੇ ਦੇਖੀਏ ਵੀ ਕਿੱਦਾਂ ਦਾ ਲਾਈਫਸਟਾਈਲ ਹੈ ਤੇ ਕੀ ਮਤਲਬ ਆਪਣੀ ਬਾਡੀ ਦੇ ਵਿੱਚ ਚੇਂਜ ਫੀਲ ਹੁੰਦਾ ਹੈ ਰਾਈਟ ਪਰ ਉਦੋਂ ਦਾ 21 ਦੇ ਜਦੋਂ ਮੈਂ ਟਰਾਈ ਕੀਤਾ ਸੀਗਾ ਹਜੇ ਤੱਕ ਵਾਪਸ ਨਹੀਂ ਮੁੜੇ ਸੋ ਆਲਮੋਸਟ 2.5-3 ਸਾਲ ਹੋ ਗਏ ਵੀਗਨ ਡਾਈਟ ਚੱਲ ਰਹੀ ਹੈ ਜੀ ਐਂਡ ਆਮ ਹੈਪੀ ਫੋਰ ਦੈਟ ਵੈਸੇ ਇਹ ਜਿਹੜੀ ਵੀਗਨ ਡਾਈਟ ਹੈ ਇਹ ਢਾਬਿਆਂ 'ਚ ਤਾਂ ਮਿਲਦੀ ਨਹੀਂ ਕਿਉਂ ਢਾਬਿਆਂ 'ਚ ਮਿਲ ਜਾਂਦੀ ਆ ਢਾਬਿਆਂ 'ਤੇ ਸਾ ਸ਼ਾਕਾਹਾਰੀ ਢਾਬੇ ਅਤੇ ਉੱਥੇ ਪਨੀਰ ਦੀ ਥਾਂ 'ਤੇ ਟੋਫੂ ਮਿਲਦਾ ਨਹੀਂ ਪਨੀਰ ਫਿਰ ਉਹ ਅਵੋਇਡ ਕਰ ਦਿੰਦੇ ਨਾ ਆਪਾਂ ਉੱਥੇ ਜਿਵੇਂ ਜੇ ਕਦੇ ਢਾਬਿਆਂ 'ਤੇ ਖੜ੍ਹਨਾ ਪਵੇ ਤਾਂ ਉਹਨਾਂ ਦੇ ਕਾਲੇ ਚਨੇ ਬੜੇ ਸਵਾਦ ਹੁੰਦੇ ਗ੍ਰੇਵੀ ਵਾਲੇ ਓਕੇ ਸੋ ਸਾਡਾ ਤੜਕਾ ਆਲਮੋਸਟ ਰੈਡੀ ਹੋ ਗਿਆ ਪਰ ਇੱਕ ਚੀਜ਼ ਹੈ ਜਿਹਦੇ ਬਗੈਰ ਨਾ ਤੜਕਾ ਇਨਕੰਪਲੀਟ ਹੈ ਕਿਹੜੀ ਚੀਜ਼ ਦੱਸੋ ਤੜਕਾ ਹਜੇ ਲੱਗਿਆ ਨਹੀਂ ਆਹਾਂ ਟੋਮੈਟੋਸ ਮੈਨੂੰ ਪਤਾ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਰੱਖੀਆਂ ਪੈਣੀਆਂ ਤਾਂ ਸਹੀ ਸਾਰੀਆਂ ਨਹੀਂ ਪੈਣੀਆਂ ਅੱਛਾ ਠੀਕ ਹੈ ਅੱਛਾ ਵੈਸੇ ਇੱਕ ਹੋਰ ਗੱਲ ਦੱਸੋ ਮੈਨੂੰ ਹਾਂਜੀ ਜਦੋਂ ਅਸੀਂ ਕਾਲਜ 'ਚ ਹੁੰਦੇ ਸੀ ਹੈ ਨਾ ਪੈਸੇ ਜ਼ਰਾ ਘੱਟ ਹੀ ਸੀ ਸਾਡੇ ਕੋਲ ਕੋਈ ਨਾ ਕੋਈ ਇੱਦਾਂ ਦੀ ਦੁਕਾਨ ਜ਼ਰੂਰ ਹੁੰਦੀ ਸੀ ਢਾਬਾ ਹੁੰਦਾ ਸੀ ਜਿੱਥੇ ਜਾ ਕੇ ਨਾ ਅਸੀਂ ਮਤਲਬ ਕੁਛ ਵੀ ਖਾ ਲੈਂਦੇ ਸੀ ਕਿ ਚਲੋ ਬਾਅਦ 'ਚੋਂ ਦੇ ਦਿਓ ਜੀ ਉਹਨਾਂ ਨੇ ਕਰ ਲਿਆ ਕੋਆਪਰੇਟ ਤੁਹਾਡੇ ਨਾਲ ਹੋਇਆ ਇੱਦਾਂ ਕਦੇ ਨਹੀਂ ਸਾਡੇ ਜਿੱਦਾਂ ਅਸੀਂ ਨਾ ਸਾਡੀ ਗਰਾਰੀ ਪੁੱਠੀ ਹੁੰਦੀ ਸੀ ਕਾਲਜ ਹੁੰਦਾ ਮੈਂ ਲਾਂਡਰਾ ਕੀਤੀ ਸੀ ਬੀਟੈਕ ਅਤੇ ਉੱਥੋਂ ਅਸੀਂ ਜਾਂਦੇ ਹੁੰਦੇ 9 ਸੈਕਟਰ ਲੰਚ ਕਰਨ ਕਈ ਵਾਰੀ ਤਾਂ ਵਾਪਸ ਆਉਂਦੇ ਜਦੋਂ ਉਹਨਾਂ ਨੂੰ 2 ਲੈਕਚਰ ਟੱਪ ਜਾਂਦੇ ਉੱਥੇ ਫਿਰ ਪਹਿਲਾਂ ਹੀ ਉਹ ਪੇਮੈਂਟ ਪਹਿਲਾਂ ਫੜਦੇ ਸੀ ਬਾਅਦ 'ਚ ਫੂਡ ਦਿੰਦੇ ਸੀਗੇ ਜਾਂ ਰਾਈਸ ਖਾਂਦੇ ਹੁੰਦੇ ਸੀਗੇ ਉਦੋਂ ਅਤੇ ਉਹ ਚੀਜ਼ ਸੀਗੀ ਕੋਈ ਇੱਦਾਂ ਤਾਂ ਹੋਇਆ ਨਹੀਂ ਗਾ ਕਿ ਬਿੱਲ 'ਤੇ ਬਾਅਦ 'ਚ ਕਿਉਂਕਿ ਉਹ ਤਾਂ ਵਿਚਾਰੇ ਪਹਿਲਾਂ ਹੀ ਲੈ ਲੈਂਦੇ ਆ ਪਰ ਉਸ ਤੋਂ ਬਾਅਦ ਕੀ ਹੋਇਆ ਅਸੀਂ ਵਾਰੀ ਬੰਨ ਲੈਂਦੇ ਸੀ ਪਹਿਲਾਂ ਹੀ ਸਿਆਣੇ ਸੀਗੇ ਨਾ ਕਿ ਇਹੋ ਜਿਹਾ ਚੱਕਰ ਹੀ ਨਾ ਪਵੇ ਵੀ ਅੱਜ ਤੂੰ ਦੇਗਾ ਬਾਈ ਅੱਜ ਤੇਰੀ ਵਾਰੀ ਅੱਜ ਤੇਰੀ ਵਾਰੀ ਅਤੇ ਜਿੱਦਣ ਜਮੀ ਹੱਥ ਤੰਗ ਹੁੰਦਾ ਸੀ ਉਦੋਂ ਕਿਸੇ ਨਵੇਂ ਬੰਦੇ ਨੂੰ ਵੀ ਲੈ ਜਾਂਦੇ ਸੀ ਵੀ ਆਇਆ ਚੱਲ ਆਪਾਂ ਰਾਈਸ ਖਾ ਕੇ ਆਉਣੇ ਨਹੀਂ ਇੱਥੇ ਅਸੀਂ ਬਿੱਲ ਨਹੀਂ ਮੰਗਣਾ ਪਰ ਮਸਾਲੇ ਜ਼ਰੂਰ ਮੰਗਣੇ ਹੁਣ ਦੱਸੋ ਕੀ ਕੀ ਪਾਈਏ ਹੁਣ ਆਪਾਂ ਲਾਸਟ ਟੋਮੈਟੋ ਪਾਏ ਸੀ ਯੈਸ
ਹੁਣ ਆਪਾਂ ਐਡ ਆਨ ਕਰੀਏ ਇਹਦੇ ਵਿੱਚ ਸਪਾਈਸਿਸ ਯੈਸ ਤੇ ਹਲਦੀ ਸਪੂਨ ਇਹ ਵੱਡਾ ਕਿ ਛੋਟਾ ਛੋਟਾ ਲੰਮਾ ਚਲੋ ਇਹ ਕਿਉਂਕਿ ਤੁਸੀਂ ਮੈਨੂੰ ਕਿਹਾ ਸੀ ਕਿ ਤੁਹਾਡੇ ਹਿਸਾਬ ਨਾਲ ਪਾਣੀ ਆ ਤੇ ਦੱਸ ਦਿਓ ਕਿੰਨੇ ਕ ਪਾਈਏ ਇਹਨੇ ਕ ਪਾਈਏ ਹੋਰ ਪਾਈਏ ਇਹ ਤੁਹਾਡੇ ਹਿਸਾਬ ਨਾਲ ਆ ਬਸ ਫਿਰ ਇਹੀ ਠੀਕ ਆ ਠੀਕ ਆ ਹੋਰ ਕੀ ਪਾਈਏ ਹੋਰ ਟਰਮਰਿਕ ਪਾ ਦਨੇ ਠੀਕ ਆ ਜੀ ਤੇ ਹੁਣ ਅਸੀਂ ਹਲਦੀ ਪਾਣੀ ਆ ਇਹਦੇ ਲਈ ਵੀ ਸਪੂਨ ਚਾਹੀਦਾ ਇਹਦੇ ਲਈ ਵੱਖਰਾ ਚਾਹੀਦਾ ਆਹੀ ਯੂਜ਼ ਕਰ ਲੈਣੇ ਆ ਆ ਲੈ ਇਹ ਤੁਸੀਂ ਦੱਸਣਾ ਕਿ ਮੈਂ ਆਪਣੇ ਹਿਸਾਬ ਨਾਲ ਪਾ ਦਾਂ ਇਹ ਵੀ ਆਪਣੇ ਹਿਸਾਬ ਨਾਲ ਹੀ ਪਾ ਦੇ ਬਸ ਰੰਗ ਜਿਹਾ ਹੀ ਬਦਲਣਾ ਹੁੰਦਾ ਅੱਛਾ ਠੀਕ ਆ ਅੱਛਾ ਰੰਗ ਬਦਲਣ ਤੋਂ ਵੀ ਮੈਨੂੰ ਇੱਕ ਗੱਲ ਯਾਦ ਆਈ ਹਾਂਜੀ ਜਦੋਂ ਸਟਾਰ ਬਣ ਜਾਂਦੇ ਆ ਨਾ ਲੋਕੀ ਤੇ ਹਮੇਸ਼ਾ ਉਹਨਾਂ ਦੇ ਦੋਸਤ ਉਹਨਾਂ ਨੂੰ ਕਹਿੰਦੇ ਆ ਕਿ ਯਾਰ ਤੇਰਾ ਤਾਂ ਰੰਗ ਹੀ ਬਦਲ ਗਿਆ ਹੈ ਤੇ ਤੁਹਾਡੇ ਨਾਲ ਤਾਂ ਹੋਇਆ ਕਦੇ ਕਿਸੇ ਨੇ ਕਿਹਾ ਹਲਦੀ ਵਾਲੀ ਕਹਿੰਦੇ ਸੀ ਇਹ ਰੰਗ ਬਦਲ ਗਿਆ हाँ नहीं इदा दोस्त कह देंगे पर क्योंकि तुम्हारे रंग हूँ वीगन डाइट करके जरूर चेंज हो रहे हैं क्योंकि तुम इन्नी डाइटिंग भी कर रहे हो सो वीगन जे भी जिन्हें भी लोग बनना चाहते हैं वीगन उन्होंने तुम की सजेस्ट करोगे की खा सकते हैं पर्सनली मैं मैसेज कर मैं जरूर उन्होंने मोटिवेट करूंगा वीगन बनने के बहुत सारे रीजनस ने राइट पर सब तो मेन तो सौखा रीजन तो यही है जो जल्दी समझ आने वाला कि मैं ये लगता यार मेरी पर्सनल ओपीनियन है कि आपके जीव के स्वाद पिछे क्यों किसी की जीव हत्या करनी है ना सारे रब दे प्राणी है तो इन्ना भी इंपोर्टेंट अपना नहीं होंगे टंग का जो टेस्ट इन्ना भी इंपोर्टेंट नहीं किसी की आप जान ले ली वो भी तो मैं इदा लगता है कि जो सर्द है तो एटलीस्ट वेजिटेरियन रहो वीगन वैसे औखा काम है बट डीमोटिवेट नहीं कर रहा एक बार स्टार्ट किया सारे वधिया लगेगा हूँ आप पाइए जवाब देंदे रहोगे ਆਪਾਂ ਐਵੇਂ ਕਰੀਏ ਦੂਜਾ ਵੀ ਆਨ ਕਰ ਲਈਏ ਨਾਲ ਦੀ ਨਾਲ ਠੀਕ ਹੈ ਕੁਛ ਉਧਰ ਵੀ ਧਰ ਦਿੰਨੇ ਆ ਛੇਤੀ ਬਣ ਜੂ ਬਿਲਕੁਲ ਧਰ ਦਿੰਨੇ ਆ ਪਰ ਪਹਿਲਾਂ ਇਹ ਫਿਨਿਸ਼ ਕਰਨਾ ਜ਼ਰੂਰੀ ਹੈ ਸੋ ਸਭ ਤੋਂ ਪਹਿਲਾਂ ਅਸੀਂ ਪਨੀਰ ਕਾਠੀ ਰੋਲ ਬਣਾਣਾ ਤੇ ਪਨੀਰ ਤਾਂ ਪਾਣਾ ਬੰਦ ਹੈ ਤੇ ਇੱਕ ਹੋਰ ਸਵਾਲ ਆ ਮੇਰੇ ਕੋਲ ਤੁਹਾਡੇ ਨਾ ਫਰੈਂਡਸ ਮੇਰੇ ਹੱਥ ਲੱਗ ਗਏ ਸੀ ਤੇ ਮੈਂ ਉਹਨਾਂ ਕੋਲੋਂ ਪਤਾ ਕੀਤਾ ਹੈ ਕਿ ਤੁਸੀਂ ਐਕਚੁਅਲੀ ਸੌਣ ਦਾ ਵਰਲਡ ਕੱਪ ਜਿੱਤ ਸਕਦੇ ਹੋ ਇੰਨੀ ਨੀਂਦ ਬਿਲਕੁਲ ਜੀ ਬਿਲਕੁਲ ਸੌਣ ਚ ਆਪਾਂ ਬਹੁਤ ਐਕਸਪਰਟ ਹੈ ਮੈਨੂੰ ਜੇ ਕੋਈ ਠਾਵੇ ਨਾ ਤਾਂ ਮੈਂ ਕਿੰਨਾ ਵੀ ਸੌ ਸਕਦਾ बिलकुल बिलकुल जिस हिसाब के गाने आ रहे ना मैं सजेशन भी बहुत आदि हम पक्के ही बुटीक वाला काम कर लेना है एपीसोड तो बाद रेस्टोरेंट भी पक्का खोल लांगे अच्छा रेस्टोरेंट तो भी गल याद है ਮੈਂ ਦੱਸੋ ਜੇ ਤੁਸੀਂ ਕਦੀ ਰੈਸਟੋਰੈਂਟ ਖੋਲਣਾ ਹੋਇਆ ਜਾਂ ਫਾਸਟ ਫੂਡ ਦੀ ਕੋਈ ਦੁਕਾਨ ਖੋਲਣੀ ਹੋਈ ਕਿਹੜੀ ਚੀਜ਼ ਦੀ ਖੋਲੋਗੇ ਆਬਵੀਅਸਲੀ ਵੀਗਨ ਹੋਊਗਾ ਮੇਰਾ ਰੈਸਟੋਰੈਂਟ ਤੇ ਨਾਮ ਕੀ ਹੋਊਗਾ ਨਾਮ ਹਜੇ ਸੋਚਿਆ ਨਹੀਂ ਜਦੋਂ ਖੋਲਣਾ ਹੋਇਆ ਉਦੋਂ ਸੋਚ ਲਾਂਗੇ ਅੱਛਾ ਸਾਡਾ ਪਨੀਰ ਜੋ ਹੈ ਨਾ ਉਹ ਬਿਲਕੁਲ ਰੈਡੀ ਹੋ ਗਿਆ ਹੈ ਸ਼ਿਜੋਤ ਸੀਜ਼ਨਿੰਗ ਕਰੀਏ ਸੀਜ਼ਨ ਦੇ ਹਿਸਾਬ ਨਾਲ ਕਰੀਏ ਕਿ ਮਤਲਬ ਸਵਾਦ ਦੇ ਹਿਸਾਬ ਨਾਲ ਸਵਾਦ ਦੇ ਹਿਸਾਬ ਨਾਲ ਹੁਣ ਕੀ ਪਾ ਰਹੇ ਹਾਂ ਅਸੀਂ ਪਾ ਰਹੇ ਹਾਂ ਓਰੀਗਾਨੋ ਐਂਡ ਥੋੜੀ ਜਿਹੀ ਹੋਰ ਸੀਜ਼ਨਿੰਗ ਓਰੀਗਾਨੋ ਤਾਂ ਬ੍ਰੈਡਸ ਵੀ ਹੁੰਦੇ ਆ ਨਾ ਯੈਸ ਹੁਣ ਇਹ ਕੀ ਆ ਇਹ ਘੱਟ ਹੀ ਰੱਖਿਓ ਇਹ ਘੱਟ ਹੀ ਰੱਖਿਓ ਚਿਲੀ ਫਲੇਕਸ ਓਕੇ ਇਹ ਤਾਂ ਆਲਮੋਸਟ ਰੈਡੀ ਹੈ ਪਰ ਸ਼ਿਵਜੋਤ ਖਾਣਾ ਤੇ ਮੈਂ ਬਣਾ ਰਹੀ ਆ ਗਾਣੇ ਦਾ ਤੜਕਾ ਅੱਜ ਤੁਸੀਂ ਲਾਣਾ ਹੈ ਹੁਣ ਤੁਸੀਂ ਭੁੱਖਿਆਂ ਤੋਂ ਸੁਰ ਲਵਾਓਗੇ ਪਤਾ ਨਹੀਂ ਲੱਗਣੇ ਵੀ ਹੈ ਕਿ ਨਹੀਂ ਬਿਲਕੁਲ ਸੋ ਅੱਜ ਮੇਰੇ ਨਾਲ ਪਹੁੰਚੇ ਨੇ ਪੰਜਾਬ ਦੇ ਹੋਣਹਾਰ 뮤직 ਡਾਇਰੈਕਟਰ ਦ ਬਾਸ ਦ ਬਾਸ ਯਾਰ ਤਾਲੀਆਂ ਤੁਸੀਂ ਵੀ ਮਜਾ ਆ ਯੈਸ ਆ ਜਾ ਮੇਰੇ ਸਤਿ ਸ਼੍ਰੀ ਅਕਾਲ ਜਦਾਈ ਵਧੀਆ ਮੇਰੇ ਵਧੀਆ ਜੀ ਹਾਈ ਅੱਛਾ ਮੈਂ ਸੁਣਿਆ ਹੈ ਕਿ ਇਹ ਤਾਂ ਵੀਗਨ ਹੈ ਹੀ ਤੁਸੀਂ ਵੀ ਕਿਦਾਂ ਬਿਲਕੁਲ ਜੀ ਬਿਲਕੁਲ ਮੈਂ ਵੀ ਵੀਗਨਿਜ਼ਮ ਫਾਲੋ ਕਰ ਰਿਹਾ ਹਾਂ ਬਾਈ ਨਾਲ ਹੀ ਤੇ ਮੈਨੂੰ ਅਰਾਊਂਡ 1.5 ਸਾਲ ਹੋ ਗਿਆ ਜੀ ਵੀਗਨਿਜ਼ਮ ਫਾਲੋ ਕਰਦੇ ਨੂੰ ਤੇ ਬੜੀ ਇੱਕ ਮੈਂ ਤੁਹਾਨੂੰ ਮਜ਼ੇਦਾਰ ਗੱਲ ਦੱਸਣਾ ਮੈਂ ਅਰਾਊਂਡ 26 ਕੇਜੀਸ ਡਾਊਨ ਕਰ ਚੁੱਕਿਆ ਜਿਸ ਵੀਗਨਿਜ਼ਮ ਨੂੰ ਫਾਲੋ ਕਰਦੇ ਹਾਂ ਐਂਡ ਨੋ ਐਕਸਰਸਾਈਜ਼ ਬਿਨਾਂ ਐਕਸਰਸਾਈਜ਼ ਤੋਂ ਇਹ ਤਾਂ ਕਾਫੀ ਵੱਡੀ ਇਨਸਪੀਰੇਸ਼ਨ ਹੈ ਸੋ ਸਾਰਿਆਂ ਲਈ ਮੈਂ ਇਹੀ ਸੋਚਦਾ ਹੁੰਦਾ ਵੀ ਬਾਈ ਤੁਸੀਂ ਵਧੀਆ ਮੋਟੀਵੇਸ਼ਨ ਬਣ ਸਕਦੇ ਹੋ ਐਗਜ਼ਾਮਪਲ ਸੈੱਟ ਹੋ ਸਕਦੇ ਹੋ ਜਿਨ੍ਹਾਂ ਨੇ ਵੇਟ ਲੂਜ਼ ਕਰਨਾ ਹੈ ਫਿਟ ਰਹਿਣਾ ਹੈ ਸੋ ਵੀਗਨਿਜ਼ਮ ਇਜ਼ ਦਾ ਬੈਸਟ ਆਪਸ਼ਨ ਤੇ ਖਾਣੇ ਤੇ ਮੈਂ ਹੁਣ ਕਨਸੈਂਟਰੇਟ ਕਰ ਰਹੀ ਹਾਂ ਜੀ ਗਾਣਾ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਜ਼ਰਾ ਮੈਨੂੰ ਪਲੇਟ ਪਾਸ ਕਰ ਦਿਓ ਹਾਂਜੀ ਹਾਂਜੀ ਬਿਲਕੁਲ ਤੁਸੀਂ ਮੈਨੂੰ ਅੱਜ ਸਾਰਾ ਕੰਮ ਸਿਖਾ ਦੇਣਾ ਉਹਦੀ ਦੇਰ ਅੱਜ ਸਾਰਾ ਆਪਣਾ ਕੰਮ ਰੈਡੀ ਕਰਦੇ ਹਾਂ ਜੀ
खाने नाल नाल गाना भी जरूरी है। इधर सो रेडी हो रहे हैं। बिल्कुल जी। सो हाल ही रिलीज होया प्लाजो 2 सुना दिए। हो कातिल अदमा कुड़ी कन्न वर की कर दी गलों फिर चन्न वर की होना है हलाके अज रोड रोमियो होना है हलाके अज रोड रोमियो तेन तक तक के जो रेस मारदा कला ही नी मार सी प्लाजो सोनी है नी चाजरा ना दुखनी ग्रेस मारदा पहला ही नी मार सी प्लाजो सोनी है नी चाजरा ना दुखनी ग्रेस मारदा कल फारशा ते परसों दे जंप सूट तो जीना वाला मैं तुम्हें तेरा है डरिया ट्रेंड करे एंड तेरा कोर सिर काने मैनू लगता है कुकिंग दा करिया इशारे आना लाऊंगा परिंदे उठ में भूले नगरा ने जाज तेरा निखरीदा तीन चार कबरू हलाक की ते ना फैदा की प्लाजो पाके और तीन चार कबरू हलाक की ते ना फैदा की प्लाजो पाके निकली दा थैंक यू सो मच इन्ना सोहना गाना बजाण लई ते गाण लई एंड बॉस नूं हुण असीं स्पेशल थैंक यू करदे आ बहुत सारी तालियां दे नाल इन्ना वधिया इन्हां ने प्ले कीता थैंक यू सो मच बॉस इन्नी एंटरटेनमेंट लई थैंक यू वीर जी थैंक यू जी मिलदे आ ते साडे कोल हुण पनीर काठी रोल बिल्कुल रेडी हो गया है आए हाय 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 ते इहनूं टेस्ट करन तों पहलां कुछ टेस्ट करना अच्छा जी कुछ होर भी रह गया हुण ना तुहाडी आईक्यू टेस्ट करनी आ ਪਹਿਲਾਂ ਭੁੱਖਿਆਂ ਤੋਂ ਗਾਣੇ ਗਵਾਈ ਗਏ ਤੁਸੀਂ ਹੁਣ ਆਈਕਿਊ ਟੈਸਟ ਕਰ ਲਓ ਬਈ ਕੀ ਕਰ ਸਕਦੇ ਹੋ ਸਵਾਲ ਰੈਡੀ ਆ ਜੀ ਪੁੱਛ ਲਾਂ ਆਉਣ ਦਿਓ ਫਿਰ ਠੀਕ ਹੈ ਜੀ ਪਹਿਲਾ ਸਵਾਲ 12 ਕੇਲਿਆਂ ਨੂੰ 5 ਬੰਦਿਆਂ 'ਚ ਬਰਾਬਰ ਕਿੱਦਾਂ ਵੰਡਾਂਗੇ ਮੈਂ ਦੱਸਦਾ ਕਿਵੇਂ ਵੰਡਾਂਗੇ ਮੇਰੇ ਕੋਲ 2 ਤਰੀਕੇ ਨੇ ਦੋ ਓਕੇ ਜੇ ਦੂਜਾ ਰੋਲ ਮਿਲੂਗਾ ਦੂਜਾ ਤਾਂ ਦੱਸਿਆ ਜਾਊਗਾ ਦੇਖੋ ਪਹਿਲਾ ਤਰੀਕਾ ਇਹ ਆ ਵੀ ਸ਼ੇਕ ਬਣਾ ਦਿਓ ਸਾਰੇ ਨਾ ਕੋਈ ਇਹ ਕਹੂਗਾ ਮੈਨੂੰ ਵੱਧ ਦੇ ਤੇ ਘੱਟ ਦੇ ਤੇ ਦੂਜਾ ਤਰੀਕਾ ਇਹ ਹੈ ਵੀ 2 ਆਪ ਰੱਖ ਲਓ ਤੇ 2-2 ਉਹਨਾਂ ਨੂੰ ਦੇ ਦਿਓ ਫਸਟ ਆਨਸਰ ਬਿਲਕੁਲ ਠੀਕ ਹੈ ਵੈਸੇ ਕਿਉਂ ਦੂਜਾ ਵੀ ਸਹੀ ਸੀ 2 ਆਪ ਰੱਖ ਲਏ ਪਿੱਛੇ ਰਹਿ ਕੇ 10 ਤੇ 5 ਬੰਦੇ 2-2 ਉਹਨਾਂ ਨੂੰ ਆ ਗਏ ਉਹ ਬਾਰਗੇ ਆਪਾਂ ਬਿਲਕੁਲ ਵੀ ਕਾਣੀ ਵੰਡ ਨਹੀਂ ਕੀਤੀ ਦੇਖਿਆ ਅੱਛਾ ਦੂਜਾ ਸਵਾਲ ਠੀਕ ਹੈ ਦੂਜਾ ਰੋਲ ਪੱਕਾ ਹੋ ਗਿਆ ਹੁਣ ਪੱਕਾ ਜੀ ਕਿਹੜਾ ਸੁਰ ਹੈ ਕਿਉਂਕਿ ਤੁਸੀਂ ਸਿੰਗਰ ਹੋ ਨਾ ਇਹ ਪੁੱਛਣਾ ਬੰਦਾ ਓਕੇ ਕਿਹੜਾ ਸੁਰ ਹੈ ਜਿਹੜਾ ਸਾਰੇ ਲਾ ਸਕਦੇ ਆ ਭੁੱਖਿਆਂ ਤੋਂ ਦੇਖੋ ਸੁਰ ਦੀਆਂ ਗੱਲਾਂ ਹੀ ਕਰਾਉਂਦੇ ਕੋਈ ਨਹੀਂ ਖਾਵਾਂਗੇ ਪਰ ਸਾ ਹੀ ਲਾ ਜਿਹੜਾ ਮਰਜ਼ੀ ਲਾ ਲਓ ਤੁਸੀਂ ਵੀ ਲਾ ਕੇ ਦੇਖੋ ਸਾਰੇ ਹਾਂ ਸਾਰੇ ਇਹ ਤਾਂ ਮੈਂ ਹੀ ਦੱਸਤਾ ਰੱਦਾ ਤਾਂ ਮੇਰਾ ਹੋਇਆ ਨਾ ਚਲੋ ਠੀਕ ਹੈ ਹਾਫ ਹਾਫ ਪੁਆਇੰਟ ਜੀ ਲਾਸਟ ਕੁਐਸਚਨ ਉਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਜੀ ਉਹ ਕਿਹੜਾ ਬੰਦਾ ਹੈ ਜਿਹੜਾ ਭਿਖਾਰੀ ਨਹੀਂ ਹੈ ਪਰ ਸਭ ਤੋਂ ਪੈਸੇ ਵੀ ਮੰਗਦਾ ਹੈ ਕੁੜੀ ਨਹੀਂ ਹੈ ਪਰ ਪਰਸ ਵੀ ਰੱਖਦਾ ਹੈ ਤੇ ਆਸ਼ਿਕ ਵੀ ਨਹੀਂ ਹੈ ਪਰ ਸੀਟੀਆਂ ਬਹੁਤ ਮਾਰਦਾ ਹੈ ਕੌਣ ਹੈ ਸੀਟੀਆਂ ਵੀ ਮਾਰਦਾ ਹੈ ਪਰਸ ਵੀ ਰੱਖਦਾ ਹੈ ਤੇ ਭਿਖਾਰੀ ਨਹੀਂ ਹੈ ਪੈਸੇ ਵੀ ਮੰਗਦਾ ਹੈ ਫਿਰ ਵੀ ਤੇ ਕੁੜੀ ਵੀ ਹੈ ਨਹੀਂ ਕੁੜੀ ਨਹੀਂ ਇਹ ਕੌਣ ਹੋ ਸਕਦਾ ਬਈ ਸੋਚੋ ਸੋਚ ਤੋਂ ਪਰੇ ਹੈ ਇਹ ਮਤਲਬ ਪੰਜਾਬ ਦੀ ਰੋਡਵੇਜ਼ ਬੱਸ ਹੈ ਉਹਦਾ ਮਾਹੌਲ ਬਣਾਓ ਫਿਰ ਦੱਸੋ ਕੀ ਬਣਿਆ ਕੰਡਕਟਰ Yes, सही जवाब क्योंकि Thanks for helping. And finally, पनीर काठी रोल बिल्कुल ready है. Taste करिए फिर. Yes. Okay. Finally. So देखो इन्हें गाने का तड़का भी लग गया है. दूजा तड़का तो लग गया ही है. वैसे cheers भी करनी. Hopefully कैट होगा. Cheers. Yummy. मैंने आ गया खाना बनाना. I'm very happy. ਨਾਲੇ ਆਪ ਬਣਾਈ ਚੀਜ਼ ਨੂੰ ਤਾਂ ਵੈਸੇ ਵੀ ਨਹੀਂ ਕੋਈ ਨਿੰਦਾ ਹੁੰਦਾ ਤੁਸੀਂ ਬਣਾਈ ਕਰਨੀ ਸੀ ਮੈਂ ਤਾਂ ਆਪ ਬਣਾਈ ਹੈ ਮੈਂ ਤਾਂ ਆਪ ਕਹਿ ਰਿਹਾ ਬਹੁਤ ਵਧੀਆ ਬਣਾਈ ਐਂਡ ਇਹ ਬਹੁਤ ਹੀ ਸੋਹਣਾ ਪਿਆਰਾ ਗਿਫਟ ਹੈ ਹੈਂਪਰ ਤੁਹਾਡੇ ਲਈ ਥੈਂਕ ਯੂ ਫਿਆਮਾ ਆਲ ਟੀਮ ਐਂਡ ਬਹੁਤ ਖੂਬਸੂਰਤ ਗਿਫਟ ਥੈਂਕ ਯੂ ਸੋ ਮਚ ਸ਼ਿਵਜੋਤ ਸਾਨੂੰ ਖਾਣਾ ਤੇ ਗਾਣੇ ਦੇ ਵਿੱਚ ਜੁਆਇਨ ਕਰਨ ਲਈ ਤੇ ਸਾਡੇ ਖਾਣੇ ਨੂੰ ਆਪਣੇ ਸੋਹਣੇ ਜਿਹੇ ਗਾਣੇ ਦੇ ਨਾਲ ਤੜਕਾ ਲਾ ਕੇ ਮਜ਼ਾ ਕਰਾਤਾ ਹੈ ਥੈਂਕ ਯੂ ਜੀ ਸਾਰੀ ਟੀਮ ਦਾ ਤੁਸੀਂ ਆਪਣੀ ਕਿਚਨ ਚੈਂਟਰੀ ਦਿੱਤੀ ਤੇ ਨਾਲੇ ਖਾਣਾ ਬਣਾਉਣਾ ਸਿਖਾਇਆ ਐਂਡ ਆਈ ਰੀਅਲੀ ਹੋਪ ਕਿ ਪਲਾਜ਼ਾ 2 ਦੇ ਬਿਲਕੁਲ ਉਸੇ ਤਰੀਕੇ ਨਾਲ ਤੁਹਾਡੇ ਜਿੰਨੇ ਵੀ ਅੱਗੇ ਗਾਣੇ ਆ ਰਹੇ ਸਾਰੇ ਸੁਪਰ ਹਿੱਟ ਹੋਣ ਸ਼ੁਕਰੀਆ ਜੀ ਸ਼ੁਕਰੀਆ ਐਂਡ ਥੈਂਕ ਯੂ ਸੋ ਮਚ ਫਾਰ ਵਾਚਿੰਗ ਦਿਸ ਐਪੀਸੋਡ ਖਾਣਾ ਤੇ ਗਾਣਾ ਦਾ ਇਹ ਐਪੀਸੋਡ ਇੱਥੇ ਖਤਮ ਹੁੰਦਾ ਹੈ ਅਗਲੀ ਵਾਰੀ ਆਵਾਂਗੇ ਇੱਕ ਨਵੇਂ ਆਰਟਿਸਟ ਤੇ ਇੱਕ ਨਵੀਂ ਡਿਸ਼ ਦੇ ਨਾਲ ਟਿਲ ਦੈਨ ਕੀਪ ਵਾਚਿੰਗ ਖਾਣਾ ਤੇ ਗਾਣਾ ਕੋ ਪਾਵਰਡ ਬਾਈ ਫਿਆਮਾ ਹੈਂਡ ਵਾਸ਼ ਸਤਿ ਸ਼੍ਰੀ ਅਕਾਲ